ਅੱਗੇ ਪਿੱਛੇ ਖੇਡ ਕੇ ਆ ਜਾਂਦਾ ਹੁੰਦਾ ਸੀ ਉਸ ਦਿਨ 11 ਵਜੇ ਤੋਂ ਬਾਅਦ ਘਰ ਥੱਲੇ ਆਇਆ ਹੀ ਨਹੀਂ ਉਹ ਬਾਹਰ 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 ਹੀ ਮਤਲਬ ਪਤਾ ਨਹੀਂ ਕਿੱਥੇ ਚਲ ਗਿਆ ਇੱਥੇ ਨਾ ਦੋ ਕੁ ਤਿੰਨ ਮੁੰਡੇ ਅੱਜ ਤੋਂ 10 ਕੁ ਦਿਨ ਪਹਿਲੇ ਉਹ ਤੇਰੇ ਮਤਲਬ ਕਿ ਸਲੋਚਨ ਜੀ ਪੀ ਰਹੇ ਸੀ ਉਹ ਨਸ਼ਾ ਨੁਸ਼ਾ ਜਿਹਾ ਕਰਦੇ ਸੀ ਅਤੇ ਉਹ ਮੇਰੇ ਬੇਟੇ ਨੂੰ ਮਾਰਦੇ ਪਏ ਸੀ ਮੈਂ ਉਹਨਾਂ ਨੂੰ ਕੁਛ ਨਹੀਂ ਕਿਹਾ ਮੈਂ ਆਪਣੇ ਬੱਚੇ ਨੂੰ ਲੈ ਕੇ ਮੈਂ ਥੱਲੇ ਭੇਜ ਦਿੱਤਾ ਸੀ ਉਸ ਤੋਂ ਬਾਅਦ ਉਹ ਬੱਚੇ ਵੀ ਨਹੀਂ ਨਜ਼ਰ ਆਏ ਮੈਨੂੰ ਤਿੰਨ ਜਣੇ ਤੇ ਕੀ ਮਾਮਲਾ ਵਾ ਆਪਣਾ ਸਰ ਮੇਰਾ ਨਾਮ ਪਵਨ ਕੁਮਾਰ ਹੈ ਮੈਂ ਨਗਰ ਨਿਗਮ ਦੀ ਪਾਰਕਿੰਗ 'ਚ ਜੋਬ ਕਰਦਾ 8 ਮਹੀਨੇ ਤੋਂ ਅਤੇ ਸੋਮਵਾਰ ਦਾ ਮੇਰਾ ਬੱਚਾ ਮਿਸ ਹੋਇਆ ਵਾ ਕੀ ਨਾਮ ਹੈ ਬੱਚੇ ਦਾ ਨਾਮ ਕੀ ਹੈ ਸ਼ਕਸ਼ਮ ਕੁਮਾਰ ਅੱਛਾ ਜੀ ਕਿੰਨੇ ਸਾਲ ਦਾ 12 ਸਾਲ ਦਾ ਹੈਗਾ ਅੱਛਾ ਜੀ ਮਤਲਬ ਕਿ ਅੱਗੇ ਪਿੱਛੇ ਖੇਡ ਕੇ ਆ ਜਾਂਦਾ ਹੁੰਦਾ ਸੀ ਉਸ ਦਿਨ 11 ਵਜੇ ਤੋਂ ਬਾਅਦ ਘਰ ਥੱਲੇ ਆਇਆ ਹੀ ਨਹੀਂ ਉਹ ਪਾਰਕਿੰਗ ਬਾਹਰ ਦੀ ਬਾਹਰ ਹੀ ਮਤਲਬ ਪਤਾ ਨਹੀਂ ਕਿੱਥੇ ਚਲ ਗਿਆ ਤੇ ਆਪਣਾ ਮੈਂ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਇਸ ਮਾਮਲੇ 'ਚ ਹਾਂਜੀ ਹਾਂਜੀ ਸਰ ਕੀਤੀ ਹੈ ਤੇ ਕੀ ਕਹਿੰਦੀ ਉਹ ਪੁਲਿਸ ਨੇ ਮੈਨੂੰ ਪੂਰਾ ਭਰੋਸਾ ਦਿੱਤਾ ਵਾ ਵੀ ਤੁਹਾਡਾ ਬੇਟਾ ਜਿੰਨੀ ਜਲਦੀ ਹੋਏਗਾ ਤੇ ਕੋਈ ਝਗੜਾ ਝੁਗੜਾ ਤੇ ਨਹੀਂ ਬੱਚੇ ਦਾ ਹੋਇਆ ਸੀ ਕਿਸੇ ਨਾਲ ਇਹ ਇੱਥੇ ਨਾ ਦੋ ਕੁ ਤਿੰਨ ਮੁੰਡੇ ਅੱਜ ਤੋਂ 10 ਕੁ ਦਿਨ ਪਹਿਲੇ ਉਹ ਤੇਰੇ ਮਤਲਬ ਕਿ ਸਲੋਚਨ ਜੀ ਪੀ ਰਹੇ ਸੀ ਉਹ ਨਸ਼ਾ ਨੁਸ਼ਾ ਜਿਹਾ ਕਰਦੇ ਸੀ ਅਤੇ ਉਹ ਮੇਰੇ ਬੇਟੇ ਨੂੰ ਮਾਰਦੇ ਪਏ ਸੀ ਮੈਂ ਉਹਨਾਂ ਨੂੰ ਕੁਛ ਨਹੀਂ ਕਿਹਾ ਮੈਂ ਆਪਣੇ ਬੱਚੇ ਨੂੰ ਲੈ ਕੇ ਮੈਂ ਥੱਲੇ ਭੇਜ ਦਿੱਤਾ ਸੀ ਉਸ ਤੋਂ ਬਾਅਦ ਉਹ ਬੱਚੇ ਵੀ ਨਹੀਂ ਨਜ਼ਰ ਆਏ ਮੈਨੂੰ ਤਿੰਨ ਜਣੇ ਠੀਕ ਹੈ ਜੀ ਅਤੇ ਉਹ ਆਉਂਦੇ ਜਾਂਦੇ ਰਹਿੰਦੇ ਇੱਥੇ ਕਈ ਵਾਰੀ ਦੇਖੇ ਮੈਂ ਇੰਨੀ ਇੰਨੀ ਉਮਰਾਂ ਦੇ ਹਾਂ ਹਾਂ ਇਹਦੇ ਜਿਹੜੇ ਤੇ ਵੱਡੇ ਹੈਗੇ ਸੀ ਕਾਲੀ ਮੰਡੀ ਵੱਲੋਂ ਆਉਂਦੇ ਹੁੰਦੇ ਰਾਤ ਰਾਤ ਦੇ ਟਾਈਮ ਹੁਣ ਆਪਾਂ ਕੀ ਕਰਦੇ ਪਏ ਆਪਣਾ ਕੀ ਪੁਲਿਸ ਦੇ ਸੀਸੀਟੀ ਕੈਮਰੇ ਦੇਖੇ ਆ ਹਾਂਜੀ ਹਾਂਜੀ ਸਰ ਕਿੰਦੇ ਭਾਰ ਲੱਗੇ ਅੱਛਾ ਜੀ ਇੱਥੇ ਰੁਕੋ ਆਪਾਂ ਇੱਥੇ ਤੇ ਪਤਾ ਲੱਗਿਆ ਕਿ ਜਿਹੜੇ ਬੱਚੇ ਪਾਰਕਿੰਗ ਵਾਲੀ ਜਗ੍ਹਾ ਦੇ ਜਿਹੜੇ ਕੈਮਰੇ ਉਹ ਚੱਲਦੇ ਨਹੀਂ ਉਹਦਾ ਕੀ ਮਾਮਲਾ ਹੈ ਕਿਹੜਾ ਸਰ ਇਹ ਪਾਰਕਿੰਗ ਵਾਲੀ ਜਗ੍ਹਾ ਦੇ ਕੈਮਰੇ ਨਹੀਂ ਚੱਲਦੇ ਤਾਂ ਕੁਝ ਹੋਇਆ ਕੋਈ ਮਾਮਲਾ ਸੁਣਿਆ ਹੈ ਪਾਰਕਿੰਗ ਦੇ ਕੈਮਰੇ ਸ਼ੁਰੂ ਤੋਂ ਹੀ ਚੱਲਦੇ ਪਏ ਆ ਠੀਕ ਹੈ ਬਾਕੀ ਜਿਹੜੇ ਆਪਣੇ ਨਗਰ ਨਿਗਮ ਦੇ ਪਾਰਕਿੰਗ ਦੇ ਹੈਗੇ ਆ ਉਹ ਚੱਲਦੇ ਪਏ ਸਾਰੇ ਕੈਮਰੇ ਸਰ ਦੇ ਵਿੱਚ ਆ ਕੇ ਕੀ ਕੀਤਾ ਗਿਆ ਤੁਹਾਡੇ ਕੋਲ ਅਸੀਂ ਚੈੱਕ ਕੀਤੇ ਸੀ ਕੈਮਰੇ ਪਰ ਉਹ ਜਿਹੜਾ ਠੇਕੇਦਾਰ ਦੇ ਕੈਮਰੇ ਹੈਗਾ ਨਾ ਬੰਦਾ ਹੋਰ ਆ ਉਹਦੇ ਨਾਲ ਕੰਟੈਕਟ ਕਰਕੇ ਫਿਰ ਚੈੱਕ ਕਰਾਂਗਾ ਤੇ ਕੈਮਰੇ ਕੋਈ ਖਰਾਬ ਵੀ ਹੈ ਸਰ ਪਤਾ ਲੱਗਿਆ ਸਰ ਕੈਮਰਾ ਕੋਈ ਖਰਾਬ ਵੀ ਹੈ ਜੀ ਪਤਾ ਲੱਗ ਰਿਹਾ ਹੈ ਫਿਰ ਹਾਲ ਚੈੱਕ ਕਰਕੇ ਦੱਸਾਂਗੇ ਚੈੱਕ ਉਹਨਾਂ ਦੇ ਬੰਦਾ ਕੋਈ ਪ੍ਰਾਈਵੇਟ ਹੈਗਾ ਉਹਨਾਂ ਤੋਂ ਬੱਚੇ ਦਾ ਸਰ ਪਤਾ ਲੱਗੇਗਾ ਨਾਮ ਵਗੈਰਾ ਕੀ ਹੈ ਤੇ ਕਿਸ ਦਿਨ ਜਿਹੜਾ ਮਿਸ ਹੋਇਆ ਸੀ ਮੈਨੂੰ ਉਸ ਬੰਦੇ ਨਾਲ ਗਲਤ ਕਰਨਾ ਤੇ ਜਿਹੜਾ ਬੰਦਾ ਮਦਈ ਆ ਉਹਦੇ ਨਾਲ ਗਲਤ ਕਰਨਾ ਤਾਂ ਫਿਰ ਮੈਂ ਤਾਂ ਦੱਸਦਾ ਸਰ 24 ਘੰਟੇ ਹੋ ਗਏ ਜੇ ਤੁਸੀਂ ਇੱਥੇ ਮੇਰੇ ਕੋਲ ਤਾਂ ਹੁਣੇ ਹੀ ਇਨਫੋਰਮੇਸ਼ਨ ਆਈ ਹੈ ਜਿਵੇਂ ਤੁਹਾਨੂੰ ਜੇ ਦਰਖਾਸਤ ਆਈ ਉਹਦੇ ਵਿੱਚ ਨਾਮ ਲਿਖਿਆ ਹੋਣਾ ਬੱਚੇ ਦਾ ਕਿ ਤੁਹਾਨੂੰ ਕੋਈ ਨੌਲੇਜ ਨਹੀਂ ਹੈਗੀ ਬੱਚੇ ਦਾ ਕੀ ਨਾਮ ਹੈ ਕਿੰਨੇ ਸਾਲ ਦਾ ਬੱਚਾ ਮੈਂ ਉਹ ਬੰਦੇ ਨਾਲ ਗੱਲ ਕਰਕੇ ਫਿਰ ਤੁਹਾਨੂੰ ਸਾਰੀ ਗੱਲ ਰੋਂਦੇ ਆਓਗੇ ਤੇ ਹੱਸਦੇ ਜਾਓਗੇ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਗੁਰੂ ਰਾਜਾ ਸਾਈਂ ਜੀ 99-150-2150 ਪਤਾ ਲੁਧਿਆਣਾ ਗੈਟ ਯੂ ਐਕਸ ਲਵ ਬੈਕ ਇਨ ਯੂਰ ਲਾਈਫ 100% ਗਾਰੰਟੀ ਨਾਲ ਪਾਓ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ 'ਚ ਧੋਖਾ ਖੋਇਆ ਹੋਇਆ ਪਿਆਰ ਵਾਪਸ ਪਾਉਣਾ ਲਵ ਮੈਰਿਜ 'ਚ ਰੁਕਾਵਟ ਪ੍ਰੇਮੀ ਪ੍ਰੇਮਿਕਾ 'ਚ ਝਗੜਾ ਤਲਾਕ ਕੇਸ ਸੌਤਨ ਦੁਸ਼ਮਨ ਤੋਂ ਛੁਟਕਾਰਾ ਵਿਦੇਸ਼ 'ਚ ਪੱਕਾ ਹੋਣਾ ਇਮੀਗ੍ਰੇਸ਼ਨ ਮਸਲੇ ਜਾਂ ਤੋਂ ਟੋਣੇ ਦਾ ਜੜ ਤੋਂ ਖਾਤਮਾ ਮੋਹਣੀ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਆਪਣੇ ਵਾਸ 'ਚ ਕਰੋ ਲਾਟਰੀ ਨੰਬਰ ਪਾਓ ਲੋਟੋ ਮੈਕਸ ਜਾਂ ਮੈਗਾ ਮਿਲੀਅਨ ਹਰ ਜਗ੍ਹਾ ਤੋਂ ਨਿਰਾਸ਼ ਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੋਬਾਈਲ ਨੰਬਰ 99-150-2150